ਹਰ ਜੇਠ ਜੁੜਨ ਦਾ ਲੋਰੀ ਹੈ। ਜਿਤਨੇ ਵੀ ਦੇਵੀ ਦੇਵਤੇ ਹਨ, ਕਹਿੰਦੇ ਸਭ ਤੋਂ ਵੱਡਾ ਦੇਵਤਾ ਜੀ, ਇਹ ਬਹੁਤ ਵੱਡਾ ਸ਼ਕਤੀਸ਼ਾਲੀ ਦੇਵਤਾ ਹੈ, ਇਹ ਬਹੁਤ ਵੱਡਾ ਪੀਰ ਹੈ, ਇਹ ਬਹੁਤ ਵੱਡਾ ਗੁਰੂ ਹੈ। ਸਾਰੇ ਸਤਿਕਾਰ ਯੋਗ ਹੋਣਗੇ, ਪਰ ਸਤਿਗੁਰੂ ਕਹਿੰਦੇ ਹਨ ਕਿ ਉਹ ਜਿਹੜਾ ਪਰਮਾਤਮਾ ਹੈ ਉਹ ਸਭ ਤੋਂ ਪਹਿਲਾ ਹੈ, ਸਭ ਤੋਂ ਵੱਡਾ ਹੈ, ਸਭ ਤੋਂ ਸ਼ਕਤੀਮਾਨ, ਸਰਵ ਕਲਾ ਸਮਰੱਥ ਪਰਮਾਤਮਾ, ਇਸ ਕਰਕੇ ਉਸਨੂੰ ਜੇਠ ਕਿਹਾ। ਹਰ ਜੇਠ ਜੁੜਨ ਦਾ ਲੋੜੀ ਹੈ, ਉਸ ਪਰਮਾਤਮਾ ਦੇ ਨਾਲ ਜੁੜਨਾ, ਜੁੜਨ ਦਾ ਭਾਵ ਜੁੜਨਾ, ਲੋੜੀਆ ਦਾ ਅਰਥ ਚਾਹੀਦਾ ਹੈ ਸਾਨੂੰ, ਕਿਉਂਕਿ ਤੁਧਨੋ ਨਿਵਣ ਮੰਨਣ ਤੇਰਾ ਨਾਉ, ਸਾਜ ਭੇਟ ਬੈਸਣ ਕੋ ਥਾਉ। ਗਰੀਬ ਨਿਵਾਸ ਸੱਚੇ ਪਾਤਸ਼ਾਹ, ਜਿਤਨੇ ਵੀ ਸੱਚੇ ਪਾਤਸ਼ਾਹ ਦੇਵੀ ਦੇਵਤੇ ਹਨ, ਵਾਹਿਗੁਰੂ ਪਰਮਾਤਮਾ ਤੇਰੇ ਤੋਂ ਸ਼ਕਤੀਆਂ ਲੈਂਦੇ ਹਨ, ਤੇਰੇ ਤੋਂ ਕਿਰਪਾ ਲੈਂਦੇ ਹਨ, ਅਤੇ ਤੇਰੇ ਤੋਂ ਲੈ ਕੇ ਅੱਗੇ ਵੰਡ ਵੰਡ ਕੇ ਆਪਣੇ ਆਪ ਨੂੰ ਦਾਤਾ ਕਹੀ ਜਾ ਰਹੇ ਹਨ। ਹੁਣ ਮੈਂ ਹਾਂ, ਆਪਾਂ ਸਾਰੇ ਆਪੇ ਆਪੋ ਆਪਣੇ ਵੱਲ ਧਿਆਨ ਲਾਈਏ ਕਿ ਪਰਮਾਤਮਾ ਜੇ ਕਿਤੇ ਸਾਨੂੰ ਲੱਖ ਰੁਪਈਆ ਕਰੋੜ ਰੁਪਈਆ ਦੇ ਦੇਵੇ, ਅਸੀਂ ਤਾਂ ਪਰਮਾਤਮਾ ਤੋਂ ਮੰਗਿਆ, ਅਤੇ ਉਹਦੇ ਵਿੱਚੋਂ ਕਿਤੇ ਦਸਵਾਂ ਹਿੱਸਾ ਅਸੀਂ ਵੰਡ ਦਈਏ ਲੋਕਾਂ ਨੂੰ, ਲੱਖ ਦਾ 10,000 ਵੰਡ ਦਈਏ ਅਤੇ ਕਰੋੜ ਦਾ 1,00,000 ਵੰਡ ਦਈਏ, ਅਤੇ ਆਪਾਂ ਕਹਿੰਦੇ ਅਸੀਂ ਬਹੁਤ ਵੱਡੇ ਦਾਨੀ ਬਣ ਗਏ, ਅਸੀਂ ਬਹੁਤ ਵੱਡੇ ਦਾਤੇ ਹਾਂ। ਪਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਜਦੋਂ ਤੇਰੇ ਕੋਲ ਕੱਖ ਨਹੀਂ ਸੀ ਉਦੋਂ ਤਾਂ ਤੂੰ ਮੰਗਤਾ ਬਣਿਆ ਸੀ, ਉਦੋਂ ਤਾਂ ਤੂੰ ਭਿਖਾਰੀਆਂ ਦੇ ਵਾਂਗੂ ਝੋਲੀ ਅੜ ਕੇ ਬੈਠਾ ਸੀ, ਹੁਣ ਤੈਨੂੰ ਮਿਲ ਗਿਆ ਅਤੇ ਹੁਣ ਦਾਦਾ ਬਣ ਗਏ। ਮਹਾਰਾਜਾ ਰਣਜੀਤ ਸਿੰਘ ਜੀ ਬੜੇ ਹੀ ਸਿੱਖ ਰਾਜ ਦੇ ਬਹੁਤ ਹੀ ਸੂਝਵਾਨ, ਬਹੁਤ ਹੀ ਅੱਛੇ ਸ਼ਾਸਨ ਚਲਾਉਣ ਵਾਲੇ ਬਾਦਸ਼ਾਹ ਹੋਏ ਹਨ। 500 ਸਾਲ ਦੇ ਇਤਿਹਾਸ ਦੇ ਵਿੱਚ ਕੋਈ ਐਸਾ ਬਾਦਸ਼ਾਹ ਨਹੀਂ ਹੋਇਆ। ਗੁਰੂ ਘਰ ਦੇ ਨਾਲ ਬੜਾ ਸਨੇਹ ਹੈ, ਕਿਤੇ ਮੁਹਿੰਮ ਦੇ ਚੱਲੇ, ਕਿਤੇ ਜੰਗ ਦੇ ਚੱਲੇ ਅਤੇ ਜਾਣ ਲੱਗਿਆਂ ਕਿਸੇ ਮਹਾਂਪੁਰਸ਼ ਨੂੰ ਜਾਣਦੇ ਸਨ, ਉਹਨਾਂ ਦੇ ਅਸਥਾਨ 'ਤੇ ਗਏ, ਕਹਿਣ ਲੱਗੇ ਮਹਾਂਪੁਰਸ਼ੋ ਮੈਂ ਜੰਗ 'ਤੇ ਚੱਲਿਆ, ਮੁਹਿੰਮ 'ਤੇ ਚੱਲਿਆ ਅਤੇ ਮੇਰੀ ਅਰਦਾਸ ਕਰੋ ਗੁਰੂ ਨਾਨਕ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰੋ ਕਿ ਮੇਰੀ ਜਿੱਤ ਹੋਵੇ, ਅਤੇ ਖਤਰਾ ਬਣਿਆ ਪਿਆ ਅਤੇ ਮੇਰੀ ਜਿੱਤ ਹੋ ਜਾਵੇ, ਅਤੇ ਮੈਂ ਆ ਕਰਕੇ ਤੁਹਾਡਾ ਸ਼ੁਕਰਾਨਾ ਕਰਾਂਗਾ, ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗਾ। ਮਹਾਂਪੁਰਸ਼ਾਂ ਨੇ ਅਰਦਾਸ ਕੀਤੀ ਕਿ ਮਹਾਰਾਜ ਤੁਹਾਡਾ ਸਿੱਖ, ਤੁਹਾਡਾ ਇਹ ਦਾਸ ਰਣਜੀਤ ਸਿੰਘ ਜੰਗ 'ਤੇ ਚੱਲਿਆ, ਇਹਦੀ ਮਦਦ ਕਰਨਾ, ਇਹਦੀ ਫੌਜ ਕਮਜ਼ੋਰ ਹੈ, ਤੁਸੀਂ ਇਸਨੂੰ ਤਾਕਤ ਬਖਸ਼ਿਸ਼ ਕਰਨੀ, ਕਰਾਮਾਤ ਵਰਤਾਉਣੀ। ਜੰਗ ਹੋਈ, ਜੰਗ ਜਿੱਤ ਗਏ ਅਤੇ ਵਾਪਸ ਆਉਂਦਿਆਂ ਹੋਇਆਂ ਜਦੋਂ ਮਹਾਰਾਜਾ ਰਣਜੀਤ ਸਿੰਘ ਆ ਕੇ ਫਿਰ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਆ ਕੇ ਕਹਿਣ ਲੱਗੇ, ਮਹਾਰਾਜ ਮਹਾਂਪੁਰਸ਼ੋ ਬੜੀ ਕਿਰਪਾ ਹੋਈ ਹੈ, ਜੰਗ ਜਿੱਤ ਗਏ ਹਾਂ, ਦੱਸੋ ਤੁਹਾਡੇ ਅਸਥਾਨ ਦੇ ਵਾਸਤੇ ਕੀ ਮੈਂ ਭੇਟ ਕਰਾਂ, ਕਿਹੜੀ ਚੀਜ਼ ਭੇਟ ਕਰਾਂ, ਜੋ ਤੁਸੀਂ ਮੰਗੋ ਮੈਂ ਦੇਵਾਂਗਾ। ਅਤੇ ਮਹਾਂਪੁਰਸ਼ ਕਹਿਣ ਲੱਗੇ, ਪਹਿਲਾਂ ਤਾਂ ਝੋਲੀਆਂ ਅੜਦਾ ਸੀ ਅਤੇ ਮੰਗਦਾ ਬਣਿਆ ਸੀ, ਹੁਣ ਜਿੱਤ ਗਿਆ ਅਤੇ ਹੁਣ ਦਾਤਾ ਬਣ ਗਿਆ। ਜਿਸ ਪਰਮਾਤਮਾ ਨੇ ਤੈਨੂੰ ਜਿਤਾਇਆ, ਜਿਸ ਗੁਰੂ ਸਾਹਿਬ ਨੇ ਤੈਨੂੰ ਜਿਤਾਇਆ ਨਾ, ਉਹ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ। ਆਖੋ ਸਤਨਾਮ। ਹਰ ਜੇਠ ਜੁੜਨ ਦਾ ਲੋੜੀ ਹੈ। ਵੱਡੇ ਵੱਡੇ ਦੇਵੀ ਦੇਵਤੇ ਗੁਰੂ ਪੀਰ ਕਹਾਉਣ ਵਾਲੇ ਉਸ ਪਰਮਾਤਮਾ ਤੋਂ ਲੈ ਕੇ ਸਾਨੂੰ ਦਿੰਦੇ ਹਨ। ਦਸਾਂ ਗੁਰਾਂ ਸਾਹਿਬਾਂ ਨੇ ਵੀ ਸਾਨੂੰ ਉਸ ਪਰਮਾਤਮਾ ਦੇ ਨਾਲ ਜੋੜਿਆ, ਗੁਰੂ ਨਾਨਕ ਨੇ ਸਾਨੂੰ ਆਪਣੇ ਨਾਲ ਨਹੀਂ ਜੋੜਿਆ। ਬੇਸ਼ੱਕ ਆਪਾਂ ਗੁਰੂ ਨਾਨਕ ਨੂੰ ਤਾਂ ਮੰਨਦੇ ਹਾਂ, ਸਾਡੇ ਗੁਰੂ ਸਾਹਿਬ ਨੇ ਸਾਡੇ ਵਾਸਤੇ ਪਰਮਾਤਮਾ ਹੈ,
ਪਰ ਗੁਰੂ ਨਾਨਕ ਦਾ ਆਪਾਂ ਜੇ ਜੀਵਨ ਬਿਓਰਾ ਪੜ੍ਹਨਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਮਿਲਦਾ। ਇਹ ਨਹੀਂ ਲਿਖਿਆ ਕਿ ਉਹਨਾਂ ਦਾ ਜਨਮ ਕਿੱਥੇ ਹੋਇਆ, ਉਹਨਾਂ ਦੇ ਮਾਤਾ ਪਿਤਾ ਕੌਣ ਸਨ, ਉਹਨਾਂ ਦੀ ਭੈਣ ਦਾ ਕੀ ਨਾਮ ਸੀ, ਉਹਨਾਂ ਦਾ ਵਿਆਹ ਕਿੱਥੇ ਹੋਇਆ, ਕੁਛ ਵੀ ਨਹੀਂ ਲਿਖਿਆ ਉਹਨਾਂ ਦਾ। ਉਹਨਾਂ ਦਾ ਜੀਵਨ ਦੇ ਨਾਲ ਨਹੀਂ ਗੁਰੂ ਦੀ ਬਾਣੀ ਜੋੜਦੀ, ਉਹਨਾਂ ਦੇ ਉਪਦੇਸ਼ ਦੇ ਨਾਲ ਗੁਰੂ ਦੀ ਬਾਣੀ ਜੋੜਦੀ ਹੈ। ਕਿ ਉਪਦੇਸ਼ ਕੀ ਕਹਿੰਦਾ ਹੈ ਕਿ ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਦੇ ਕਿ ਕਿਤੇ ਵੇਸ, ਉਹ ਪਰਮਾਤਮਾ ਦੇ ਨਾਲ ਜੁੜੀ ਹੈ। ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਬੰਨ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਭਾਈ ਜੇਠ ਦੇ ਮਹੀਨੇ ਦੁਆਰਾ ਇਹ ਉਪਦੇਸ਼ ਹੈ ਕਿ ਉਹ ਪਰਮਾਤਮਾ ਜਿਹੜਾ ਸਭ ਤੋਂ ਵੱਡਾ ਜੇਠ ਹੈ, ਸਭ ਤੋਂ ਪਹਿਲਾਂ ਪੈਦਾ ਜਿਹੜਾ ਦੁਨੀਆ 'ਤੇ ਪੈਦਾ ਨਹੀਂ ਹੋਇਆ, ਉਹ ਆਪਣੇ ਆਪ ਤੋਂ ਸੁਤੇ ਪ੍ਰਕਾਸ਼ ਸਵੈਭੰਗ ਜਿਸਨੂੰ ਕਿਹਾ ਜਾਂਦਾ, ਆਪਣੇ ਆਪ ਤੋਂ ਉਹ ਪੈਦਾ ਹੋਇਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੀ, ਕਿਸੇ ਨੇ ਉਸਨੂੰ ਪੈਦਾ ਨਹੀਂ ਕੀਤਾ, ਕਿਸੇ ਨੇ ਉਸਨੂੰ ਬਾਦਸ਼ਾਹ ਨਹੀਂ ਬਣਾਇਆ, ਆਪਣੇ ਆਪ ਉਹ ਸਭ ਤੋਂ ਸਰਵੋਤਮ ਹੈ, ਸਭ ਤੋਂ ਸ਼੍ਰੋਮਣੀ ਹੈ, ਸਭ ਤੋਂ ਪਹਿਲਾਂ ਸਿੱਤੇ ਸਭ ਤੋਂ ਵੱਡਾ ਹੈ, ਅਤੇ ਉਹਦੇ ਅੱਗੇ ਝੁਕਣਾ ਚਾਹੀਦਾ, ਉਹਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ।